ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਸਰ ਗੰਭੀਰ ਰਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਤੇ ਚੁਟਕੀ ਲੈ ਲਈ। ਚੰਡੀਗੜ੍ਹ ਵਿਖੇ ਜਦ ਇੱਕ ਪੱਤਰਕਾਰ ਨੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਸੈਸ਼ਨ ਦੇ ਲਈ ਉਨ੍ਹਾਂ ਦੀ ਤਿਆਰੀ ਬਾਰੇ ਪੁੱਛਿਆ ਤਾਂ ਬਾਦਲ ਨੇ ਕਿਹਾ ਕਿ ਕਾਕਾ ਜੀ ਅਸੀਂ ਤਾਂ ਤਿਆਰ ਹੀ ਹਾਂ, ਹੋਰ ਅਸੈਂਬਲੀ ਚ ਸੌਣ ਆਏ ਹਾਂ। ਤੁਸੀਂ ਸੈਸ਼ਨ ਚ ਤਿਆਰ ਹੋ? ਹੋਰ ਅਸੀਂ ਸੌਣ ਵਾਸਤੇ ਆਏ ਇੱਥੇ। ਹੋਰ ਅਸੀਂ ਸੌਣ ਵਾਸਤੇ ਆਏ ਇੱਥੇ। ਹੋਰ ਅਸੀਂ ਸੌਣ ਵਾਸਤੇ ਆਏ ਇੱਥੇ। ਬਾਦਲ ਦੀ ਇਹ ਗੱਲ ਸੁਣ ਕੇ ਸਾਰੇ ਪੱਤਰਕਾਰ ਖਿੜਖਿੜਾ ਕੇ ਹੱਸ ਪਏ।